ਨਮਸਕਾਰ ਦੋਸਤੋ, ਦਾ ਫੈਕਟ ਇਜ ਤੁਹਾਡਾ ਸਵਾਗਤ ਹੈ। ਅਸੀਂ ਪਹੁੰਚ ਰਹੇ ਹਾਂ ਲੋਕਾਂ ਦੇ ਵਿੱਚ, ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਸਿੱਧੇ ਉਹਨਾਂ ਲੋਕਾਂ ਨਾਲ। ਲਗਾਤਾਰ ਅਸੀਂ ਤਮਾਮ ਲੋਕਾਂ ਦੇ ਅੰਦਰ ਪਹੁੰਚ ਰਹੇ ਹਾਂ, ਤਮਾਮ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੇ ਕੀ ਵਿਚਾਰ ਹੈ ਅੱਜ 3 ਸਾਲ ਹੋਣ ਵਾਲੇ ਆ ਗੁਰੂ ਜੀ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਸਾ ਸਮਾਜ ਦੇ ਅੰਦਰ ਨਹੀਂ ਹੈ, ਉਹਨਾਂ ਦੇ ਲਗਾਤਾਰ ਜਿਹੜੇ ਸਤਸੰਗ ਸੀ ਉਹ ਲੋਕਾਂ ਨੂੰ ਨਹੀਂ ਮਿਲ ਰਹੇ ਹੁਣ, ਉਹਨਾਂ ਦੇ ਬਾਰੇ 'ਚ ਲੋਕਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ। ਨਮਸਕਾਰ ਸਰ। ਸਰ ਕੀ ਨਾਮ ਹੈ? ਮੇਰਾ ਨਾਮ ਚਰਨ ਸਿੰਘ ਇੰਸਾ ਜੀ। ਸਰ ਕੀ ਪ੍ਰੋਫੈਸ਼ਨ ਹੈ? ਮੈਂ ਰਿਟਾਇਰ ਸੀ ਐੱਚ ਡੀ ਹਾਂ ਜੀ, ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਇਆ ਜੀ। ਸਰ ਤੁਸੀਂ ਡੇਰਾ ਸੱਚਾ ਸੌਦਾ ਬਾਰੇ ਕੀ ਜਾਣਦੇ ਹੋ? ਡੇਰਾ ਸੱਚਾ ਸੌਦਾ ਮੈਨੂੰ 40 ਸਾਲ ਹੋ ਗਏ ਜੀ ਡੇਰਾ ਸੱਚਾ ਸੌਦੇ ਜਾਂਦੇ ਨੂੰ। ਜੀ, ਉੱਥੇ ਹਰ ਇੱਕ ਚੀਜ਼ ਠੀਕ ਠਾਕ, ਬਿਲਕੁਲ ਕੋਈ ਵੀ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ। ਜੋ ਇਲਜ਼ਾਮ ਮੀਡੀਆ ਜਾਂ ਕੋਈ ਲਾ ਰਿਹਾ ਉਹ ਬਿਲਕੁਲ ਗਲਤ ਲਾ ਰਿਹਾ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ। ਫੋਟੋਆਂ ਕਿਤੇ ਦੀਆਂ ਨੇ ਅਤੇ ਸੋ ਕਿਤੇ ਕਰ ਰਹੇ ਨੇ, ਇਹ ਸਾਰਾ ਮੀਡੀਆ ਦੇ ਆਪਣੀ ਖੇਰ ਕੀਤੀ ਹੋਈ। ਸਰ ਤੁਹਾਡੀ ਫੈਮਿਲੀ ਵੀ ਜਾਂਦੀ ਹੈ? ਜੀ ਹਾਂ, ਸਾਡਾ ਸਾਰਾ ਪਰਿਵਾਰ ਜਾਂਦਾ ਸੀ, ਨਾਨਕੇ ਦਾਦਕੇ ਸਹੁਰੇ ਸਭ ਜਾਂਦੇ ਨੇ। ਬੇਟੀਆਂ ਵੀ ਜਾਂਦੀਆਂ? ਬੇਟੀਆਂ ਵੀ ਜਾਂਦੀਆਂ ਨੇ ਸਾਰੀ ਜੀ। ਸਰ ਸਰ ਬੇਟੀਆਂ ਨੂੰ ਲੈ ਕੇ ਫਿਰ ਮਾਹੌਲ ਕਿਵੇਂ ਦਾ ਉੱਥੇ ਦਾ? ਬਿਲਕੁਲ ਬਹੁਤ ਵਧੀਆ ਮਾਹੌਲ ਹੈ ਜੀ ਇਸ ਸਮਾਜ ਨਾਲੋਂ। ਡੇਰੇ ਸੱਚੇ ਸ਼ਬਦ ਜਾ ਕੇ ਜੇ ਸਾਡੀਆਂ ਧੀਆਂ ਉੱਥੇ ਰਹਿੰਦੀਆਂ ਨੇ, ਕਈ ਗੁਣਾ ਵਧੀਆ ਨੇ। ਫਿਰ ਸਰ ਜਿਹੜੇ ਗੁਰੂ ਜੀ ਦੇ ਉੱਪਰ ਆਰੋਪ ਲਗਾਏ ਜਾ ਰਹੇ ਆ ਲਗਾਤਾਰ, ਉਹਨਾਂ ਬਾਰੇ ਕੀ ਕਹੋਗੇ? ਆਰੋਪ ਤਾਂ ਜਿਹਦੇ 'ਤੇ ਮਰਜ਼ੀ ਲਾ ਦਿਉ ਤੁਸੀਂ, ਆਰੋਪ ਲਾਉਣ ਦਾ ਕੀ ਹੈ ਜੀ? ਕੋਈ ਸਬੂਤ ਤਾਂ ਹੈ ਨਹੀਂ, ਕੋਈ ਕੁੜੀ ਸਾਹਮਣੇ ਨਹੀਂ, ਕੁਛ ਹੋਰ ਨਹੀਂ ਆਇਆ, ਵੈਸੇ ਹੀ ਚੱਕ ਕੇ ਆਰੋਪ ਲਾ ਦਿੱਤੇ ਨੇ। ਆਰੋਪ ਲਾਉਣ ਨੂੰ ਤਾਂ ਕੀ, ਜਿੰਨੇ ਮਰਜ਼ੀ ਲਾ ਦਿਉ ਆਰੋਪ ਤਾਂ। ਕਿਉਂ ਕਿਉਂ ਲਗਾਏ ਜਾ ਰਹੇ ਫਿਰ ਗੁਰੂ ਜੀ 'ਤੇ? ਉਹ ਆਰੋਪ ਲਗਾਏ ਜਾ ਰਹੇ ਨੇ, ਡੇਰਾ ਸੱਚਾ ਸੌਦਾ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰ ਰਿਹਾ ਸੀ। 6 ਕਰੋੜ ਬੰਦਾ ਇੱਕ ਮਹਾਤਮਾ ਦੇ ਨਾਲ ਜੁੜ ਜਾਂਦਾ ਅਤੇ ਆਮ ਬੰਦੇ ਵੀ ਹੈਰਾਨ ਹੋ ਜਾਂਦੇ ਨੇ, ਜਿਵੇਂ ਨਸ਼ੇ ਵਾਲੇ ਹੋਏ ਜਾਂ ਕੋਈ ਡਰੱਗ ਮਾਫੀਆ ਸ਼ਰਾਬ ਵਾਲੇ। ਇਹ ਇਹਨਾਂ ਲੋਕਾਂ ਨੂੰ ਤਕਲੀਫ ਹੋਈ ਇਸ ਗੱਲ ਦੀ ਵੀ ਇੰਨੇ ਲੋਕਾਂ ਨੇ ਜੇ ਸ਼ਰਾਬ ਸੜਤੀ ਜਾਂ ਨਸ਼ਾ ਸੜਤਾ ਸਾਡੇ ਧੰਦੇ ਖਤਮ ਹੋ ਜਾਣਗੇ। ਉਹਨਾਂ ਨੇ ਇਹਨਾਂ ਦੀ ਮਗਰ ਲੱਗ ਕੇ ਇਹਨਾਂ ਨੂੰ ਆਰੋਪ ਲਾ ਕੇ ਉਹ ਕਰ ਦਿੱਤਾ। ਤੁਹਾਨੂੰ ਕਿੰਨਾ ਵਿਸ਼ਵਾਸ ਹੈ ਗੁਰੂ ਜੀ 'ਤੇ? ਮੈਨੂੰ ਇੰਨਾ ਕੁ ਵਿਸ਼ਵਾਸ ਆ ਵੀ ਜਦੋਂ ਵੀ ਪਿਤਾ ਜੀ ਆਉਣ ਉਸ ਤੋਂ ਬਾਅਦ ਮਰਾਂ, ਉਸ ਤੋਂ ਪਹਿਲਾਂ ਨਾ ਮਰਾਂ।